ਸਤਿਗੁਰ ਨਾਨਕੇ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਮੈਂ ਸਿੱਖਾਂ ਦੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਜੁੜੀਆਂ ਕੁਝ ਸਾਖੀਆਂ ਸਾਂਝੀਆਂ ਕਰਨ ਜਾ ਰਿਹਾ ਹਾਂ। ਨਾ ਕੋ ਹਿੰਦੂ ਨਾ ਮੁਸਲਮਾਨ ਦਾ ਮਤਲਬ ਪੁੱਛਣ ਤੇ ਗੁਰੂ ਜੀ ਨੇ ਨਵਾਬ ਦੌਲਤ ਖਾਨ ਅਤੇ ਵੱਡੇ ਕਾਜੀ ਨੂੰ ਸਮਝਾਇਆ ਕਿ ਸਾਰੇ ਹਿੰਦੂ ਤੇ ਮੁਸਲਮਾਨ ਬਣਗੇ, ਪਰ ਧਰਮ ਦੇ ਸਹੀ ਮਤਲਬ ਨੂੰ ਕੋਈ ਨਹੀਂ ਸਮਝ ਪਾਇਆ। ਇਸ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਧਰਮ ਸਾਨੂੰ ਆਪਸ ਵਿੱਚ ਜੋੜਦਾ ਹੈ, ਨਾ ਕਿ ਤੋੜਦਾ ਹੈ। ਮੈਂ ਗੁਰੂ ਜੀ ਦੇ ਵਾਕ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਅਨੁਸਾਰ ਸਭ ਧਰਮਾਂ ਦਾ ਸਤਿਕਾਰ ਕਰਾਂਗਾ ਅਤੇ ਮੇਰੇ ਸਕੂਲ ਵਿੱਚ ਪੜ੍ਹਦੇ ਵੱਖ ਵੱਖ ਧਰਮਾਂ ਦੇ ਸਾਥੀਆਂ ਨਾਲ ਕਦੇ ਵਿਤਕਰਾ ਨਹੀਂ ਕਰਾਂਗਾ। ਅੱਜ ਦੇ ਸਮੇਂ ਵਿੱਚ ਸਿੱਖਾਂ ਨੂੰ ਚਾਹੀਦਾ ਹੈ ਕਿ ਆਪਸ ਵਿੱਚ ਮਿਲ ਜੁਲ ਕੇ ਰਹਿਣ ਤੇ ਉਸ ਪਰਮਾਤਮਾ ਦੇ ਬਣਾਏ ਹਰ ਮਨੁੱਖ ਨੂੰ ਪਿਆਰ ਕਰਨ। ਮਾਇਆ ਨੂੰ ਦੂਜੇ ਜਨਮ ਵਿੱਚ ਲੈ ਜਾਣਾ ਇਸ ਤੋਂ ਪਾਪ ਹੈ ਕਿ ਅਸੀਂ ਜੋ ਵੀ ਮਾਇਆ ਕਮਾਉਂਦੇ ਹਾਂ ਉਹ ਇੱਥੇ ਹੀ ਰਹਿ ਜਾਣੀ ਹੈ, ਮਰਨ ਤੋਂ ਬਾਅਦ ਸਾਡੇ ਨਾਲ ਨਹੀਂ ਜਾਣੀ। ਗੁਰੂ ਜੀ ਨੇ ਦੂਈ ਚੰਦ ਨੂੰ ਸਮਝਾਇਆ, ਜੇ ਤੂੰ ਅਗਲੇ ਜਨਮ ਵਿੱਚ ਇੱਕ ਸੂਈ ਵੀ ਨਾਲ ਨਹੀਂ ਲੈ ਕੇ ਜਾ ਸਕਦਾ ਤਾਂ ਫਿਰ ਮਾਇਆ ਕਿਵੇਂ ਲੈ ਕੇ ਜਾਏਗਾ। ਗਰੀਬਾਂ ਤੇ ਲੋੜਵੰਦਾਂ ਵਿੱਚ ਵੰਡ ਕੇ ਵੇਖ, ਤੈਨੂੰ ਆਨੰਦ ਤੇ ਸੰਤੋਖ ਮਿਲੇਗਾ। ਇਸੇ ਤਰ੍ਹਾਂ ਗੁਰੂ ਜੀ ਨੇ ਕਬਰਾਂ ਖੁਦਵਾ ਕੇ ਮੁਰਦਿਆਂ ਦੇ ਮੂੰਹ ਵਿੱਚੋਂ ਸੋਨੇ ਦੀਆਂ ਮੋਹਰਾਂ ਕਢਵਾਉਣ ਵਾਲੇ ਰਾਜੇ ਕਾਰੂ ਨੂੰ ਵੀ ਇਹੀ ਸਮਝਾਇਆ ਕਿ ਤੇਰੇ ਚੰਗੇ ਕਰਮ ਨਾਲ ਜਾਣਗੇ, ਨਾ ਕਿ ਪਾਪਾਂ ਨਾਲ ਕਮਾਇਆ ਧਨ। ਇਸ ਤੋਂ ਮੈਨੂੰ ਇਹ ਸਿੱਖਿਆ ਮਿਲਦੀ ਹੈ ਕਿ ਹਮੇਸ਼ਾ ਆਪਣੇ ਭੈਣ ਭਰਾ ਸਾਥੀਆਂ ਤੇ ਲੋੜਵੰਦਾਂ ਦੀ ਮਦਦ ਕਰਾਂਗਾ ਤੇ ਦੁਨਿਆਵੀ ਚੀਜ਼ਾਂ ਨੂੰ ਜ਼ਿਆਦਾ ਮਹੱਤਤਾ ਨਹੀਂ ਦੇਵਾਂਗਾ। ਮਾਇਆ ਮਮਤਾ ਮੋਹ ਜਿਨ ਵਿਨ ਦੰਤਾ ਜਗ ਖਾਇਆ ਮਨ ਮੁਖ ਖਾਦੈ ਗੁਰਮੁਖ ਉਭਰ ਜਿਨੀ ਸਚਨਾਮ ਚਿਤ ਲਾਇਆ। ਸਾਖੀ ਤਿੰਨ ਸਿੱਖਿਆਵਾਂ ਵਿੱਚ ਭੂਮੀਆਂ ਨਾਂ ਦੇ ਇੱਕ ਪਾਪੀ ਦਾ ਜ਼ਿਕਰ ਹੈ। ਗੁਰੂ ਜੀ ਨੇ ਉਸਨੂੰ ਤਿੰਨ ਸਿੱਖਿਆਵਾਂ ਦਿੱਤੀਆਂ, ਇੱਕ ਗਰੀਬਾਂ ਨੂੰ ਨਾ ਲੁੱਟਣ, ਦੋ ਹਮੇਸ਼ਾ ਸੱਚ ਬੋਲਣ ਤੇ ਤਿੰਨ ਜਿਸਦਾ ਲੂਣ ਖਾਧਾ ਹੋਵੇ ਉਸਦੇ ਘਰ ਚੋਰੀ ਨਹੀਂ ਕਰਨੀ। ਜਦੋਂ ਭੂਮੀਆਂ ਰਾਜੇ ਦੇ ਮਹਿਲ ਵਿੱਚ ਚੋਰੀ ਕਰਨ ਗਿਆ ਤਾਂ ਬਿਨਾਂ ਚੋਰੀ ਕੀਤੇ ਮੁੜ ਆਇਆ। ਰਾਜੇ ਨੇ ਪੜਤਾਲ ਸ਼ੁਰੂ ਕੀਤੀ ਤਾਂ ਭੂਮੀਆਂ ਨੇ ਪੇਸ਼ ਹੋ ਕੇ ਗੁਰੂ ਜੀ ਦੀਆਂ ਤਿੰਨ ਸਿੱਖਿਆਵਾਂ ਬਾਰੇ ਦੱਸਿਆ। ਇਹ ਸੁਣ ਰਾਜੇ ਨੇ ਉਸਨੂੰ ਆਪਣਾ ਵਜ਼ੀਰ ਬਣਾ ਲਿਆ। ਇਸ ਤੋਂ ਮੈਨੂੰ ਇਹ ਸਿੱਖਿਆ ਮਿਲਦੀ ਹੈ ਕਿ ਹਮੇਸ਼ਾ ਸੱਚੇ ਦੇ ਰਾਹ ਤੇ ਚੱਲਣਾ ਚਾਹੀਦਾ ਹੈ। ਮੈਂ ਵੀ ਗੁਰੂ ਜੀ ਦੀਆਂ ਇਹਨਾਂ ਸਿੱਖਿਆਵਾਂ ਨੂੰ ਮੰਨ ਕੇ ਕਿਰਤ ਕਰਾਂਗਾ ਤੇ ਕਦੇ ਕਿਸੇ ਦਾ ਹੱਕ ਨਹੀਂ ਮਾਰਾਂਗਾ। ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ, ਜੋ ਗੁਰ ਦੱਸੇ ਵਾਟ ਮੁਰੀਦਾ ਜੋਲੀਏ। ਸੌਖੀ ਸੁੱਚਾ ਜੀਵਨ ਵਿੱਚ ਗੁਰੂ ਜੀ ਨੇ ਮੁਸਾਫਰਾਂ ਨੂੰ ਲੁੱਟਣ ਵਾਲੇ ਸ਼ੇਖ ਨੂੰ ਫਟਕਾਰ ਪਾਈ ਤੇ ਕਿਹਾ, ਮਨੁੱਖ ਨੂੰ ਆਪਣੇ ਅੰਦਰ ਸਦਗੁਣ ਧਾਰਨ ਕਰਨੇ ਚਾਹੀਦੇ ਹਨ। ਇਸੇ ਤਰ੍ਹਾਂ ਗੁਰੂ ਜੀ ਨੇ ਸਿਵਾਰਕ ਦੀਆਂ ਪਹਾੜੀਆਂ ਤੇ ਜਾ ਕੇ ਬੈਠੇ ਜੋਗੀਆਂ ਨੂੰ ਵੀ ਸਤ ਨਾਲ ਹੋਮੇ ਦਾ ਨਾਸ਼ ਕਰਨ ਦਾ ਮਾਰਗ ਦਿਖਾਇਆ। ਇਹਨਾਂ ਦੋਵਾਂ ਸਾਖੀਆਂ ਤੋਂ ਮੈਨੂੰ ਇਹ ਸਿੱਖਿਆ ਮਿਲਦੀ ਹੈ ਕਿ ਸੁੱਚਾ ਜੀਵਨ ਬਤੀਤ ਕਰਨ ਵਾਲੇ ਨੂੰ ਕਦੇ ਛਲ ਦਾ ਸਹਾਰਾ ਨਹੀਂ ਲੈਣਾ ਪੈਂਦਾ। ਮੈਂ ਵੀ ਗੁਰੂ ਜੀ ਦੀਆਂ ਇਹਨਾਂ ਉਪਦੇਸ਼ਾਂ ਨੂੰ ਮੰਨ ਕੇ ਚੂਰ ਤੇ ਹੋਮੇ ਤੋਂ ਦੂਰ ਰਹਿ ਕੇ ਗੁਰੂ ਦਾ ਸੱਚਾ ਸਿੱਖ ਬਣਾਂਗਾ। ਉਜਲ ਕਿਹਾ ਚਿਲਕਣਾ ਕੋਟਿਮ ਕਾਲੜੀ ਮਸ, ਤੋਤਿਆ ਝੂਠ ਨਾ ਉਤਰੈ ਜੋਸੋ ਤੋਵੈ ਤਿਸ। ਗੁਰੂ ਜੀ ਦੀਆਂ ਚਾਰੀਆਂ ਬਾਣੀਆਂ ਵਿੱਚੋਂ ਜਿਸ ਸ਼ਬਦ ਦੀ ਮੈਂ ਵਿਆਖਿਆ ਕਰਨ ਲੱਗਾ ਹਾਂ ਉਹ ਆਸਾ ਦੀ ਵਾਰ ਅੰਗ 473 ਵਿੱਚ ਸੁਸ਼ੋਭਿਤ ਹੈ। ਪੰਡ ਜਮੀਏ ਪੰਡ ਨਿਮੀਏ ਪੰਡ ਮੰਗਣ ਵਿਆਹ, ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਹੋ, ਪੰਡ ਮੂਆ ਪੰਡ ਪਾਲੀਏ ਪੰਡ ਹੋਵੇ ਬੰਧਾਨ, ਸੋ ਕਿਉਂ ਮੰਦਾ ਆਖੀਏ ਜਿੱਤ ਜਮੈ ਰਾਜਾਨ। ਗੁਰੂ ਜੀ ਦੇ ਸਮੇਂ ਵਿੱਚ ਔਰਤਾਂ ਨਾਲ ਬਹੁਤ ਵਿਤਕਰਾ ਕੀਤਾ ਜਾਂਦਾ ਸੀ। ਗੁਰੂ ਜੀ ਨੇ ਇਹ ਸ਼ਬਦ ਉਚਾਰ ਕੇ ਉਹਨਾਂ ਨੂੰ ਬਰਾਬਰ ਦਾ ਦਰਜਾ ਦਿੱਤਾ। ਇਸ ਸ਼ਬਦ ਵਿੱਚ ਗੁਰੂ ਜੀ ਨੇ ਕਿਹਾ, ਜਿਸ ਔਰ
औरत करके समाज